रैपिड फायर सवाल पेश किया जा रहा है ओल्ड स्पाइस वालों अते उन्हां दा नवा टोटल बॉडी डिओडोरेंट तुहानू हर पासे जी फ्रैश रखता हर टाइम 24 घंटे 7 दिन तां तैयार पत्यार साडा नवा स्पॉन्सर भी इस सैगमेंट लई शुरू करिए ਕਰਦੇ ਆ ਸ਼ੁਰੂ ਯਾਰ ਤੁਸੀਂ ਟੋਟਲ ਬਾਡੀ ਡਿਓਡਰੈਂਟ ਬੱਤੇ ਕਰਿਆ ਮੈਂ ਯਾਰ ਮੈਂ ਤਾਂ ਲਾਉਣਾ ਹੁੰਦਾ ਲੱਗਦਾ ਤੂੰ ਨਹੀਂ 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 ਮੈਂ ਬਾਅਦ ਚ ਗੱਲ ਕਰਦੇ ਪਰ ਧੰਨਵਾਦ ਆ ਓਲਡ ਸਪਾਈਸ ਵਾਲਿਆਂ ਜੋ ਕਿ ਸਪੌਂਸਰ ਕਰਦੇ ਇਸ ਸੈਗਮੈਂਟ ਦਾ ਪਹਿਲਾ ਸਵਾਲ ਇਹ ਆ ਕਿ ਸਭ ਤੋਂ ਵੱਡੀ NHL ਚ ਸਟੋਰੀ ਕੀ ਹੋਵੇਗੀ ਇਸ ਸਾਲ ਮੇਰੇ ਹਿਸਾਬ ਨਾਲ ਐਲੈਕਸ ਓਵੇਚਕਿਨ ਦੀ ਕਹਾਣੀ ਹੋਵੇਗੀ ਕਿ ਜਿਹੜਾ ਪਿੱਛਾ ਉਹ ਕਰ ਰਿਹਾ ਵੇਨ ਗ੍ਰੈਟਸਕੀ ਦੇ ਰਿਕਾਰਡ ਦਾ ਹਾਂਜੀ 853 ਗੋਲ ਹੈਗੇ ਆ ਅਤੇ ਗ੍ਰੈਟਸਕੀ ਦੇ 894 142 ਗੋਲ ਚਾਹੀਦੇ ਹੋਰ ਐਲੈਗਜ਼ੈਂਡਰ ਓਵੇਚਕਿਨ ਨੂੰ ਅਤੇ ਰਿਕਾਰਡ ਉਹਦਾ ਹੋ ਜਾਣਾ ਹੈਗਾ ਆ ਕਿਸੇ ਨੇ ਨਹੀਂ ਸੀ ਸੋਚਿਆ ਇਹ ਰਿਕਾਰਡ ਟੁੱਟੂਗਾ ਅਤੇ ਪਿਛਲੇ ਸੀਜ਼ਨ ਸ਼ੁਰੂਆਤ ਬਹੁਤ ਹੌਲੀ ਹੌਲੀ ਹੋਈ ਪਰ ਐਂਡ 'ਤੇ ਬਹੁਤ ਵਧੀਆ ਖੇਡਿਆ 31 ਗੋਲ ਕੀਤੇ ਪਿਛਲੇ ਸੀਜ਼ਨ 40 ਤਾਂ ਇਹ ਸੁੱਤੇ ਪਏ ਐਵੇਂ ਕਰ ਦਿੰਦਾ ਸੋ 42 ਗੋਲ ਮੈਨੂੰ ਲੱਗਦਾ ਕਰ ਦੇਣੇ ਐਤਕੀ ਰਣਦੀਪ ਮੈਂ ਤੈਨੂੰ ਮਨਦੀਪ ਕਹਿਣ ਲੱਗਾ ਸੀ ਰਣਦੀਪ ਅਤੇ ਰਿਕਾਰਡ ਤੋੜ ਦੇਣਾ ਇੰਨੀ ਉਮਰ 'ਚ ਹਾਲੇ ਵੀ ਇੰਨੇ ਗੋਲ ਕਰ ਸਕਦਾ ਇੱਕ ਸਾਲ ਦੇ ਵਿੱਚ ਹਾਂ ਮੇਰੇ ਹਿਸਾਬ ਨਾਲ ਕਰ ਦੋਗਾ ਐਤਕੀ ਇਸ ਸੀਜ਼ਨ ਕਰ ਦੇ ਇੰਗਲਿਸ਼ ਹੌਟ ਟੇਕ ਸਦਿਆ ਮੈਂ ਪਸੰਦ ਕਰਦਾ ਜੀ ਚਲੋ ਦੂਸਰਾ ਸਵਾਲ ਇਹ ਆ ਕਿ ਇਸ ਸੀਜ਼ਨ ਦਾ ਬ੍ਰੇਕ ਆਊਟ ਖਿਡਾਰੀ ਕੌਣ ਹੋਵੇਗਾ ਇਹ ਤਾਂ ਮੈਂ ਕਹਿੰਦਾ ਡਿਲਨ ਗੱਤਰ ਯੂਟਾ ਹਾਕੀ ਕਲੱਬ ਦਾ ਨੌਜਵਾਨ ਖਿਲਾੜੀ ਪਿਛਲੇ ਸਾਲ ਇਹਨੂੰ AHL 'ਚ ਭੇਜਿਆ ਗਿਆ ਸੀ ਪਰ ਜਦੋਂ ਵਾਪਸ ਆਇਆ ਅਖੀਰਲੀਆਂ 23 ਗੇਮਾਂ 'ਚ 12 ਗੋਲ ਅਤੇ 23 ਪੁਆਇੰਟ ਚੱਕੇ ਅਤੇ ਐਤਕੀ ਤਿੰਨਾਂ ਗੇਮਾਂ ਦੇ ਵਿੱਚ 5 ਗੋਲ ਕਰ ਚੁੱਕਾ ਇੱਕ ਅੱਜ ਕੀਤਾ ਰੇਂਜਰਸ ਦੇ ਵਿਰੁੱਧ ਗੇਮ ਹਲੇ ਚੱਲ ਰਹੀ ਹੈਗੀ ਆ ਸੋ 5 ਗੋਲ ਤਿੰਨਾਂ ਗੇਮਾਂ 'ਚ ਇਹ ਪੇਸ ਓਬਵੀਅਸਲੀ ਮੈਨੂੰ ਪਤਾ ਔਖੀ ਰਹਿਣੀ ਹੈ ਇੰਨੀ ਇੰਨੇ ਚੱਲੀ ਰੱਖਣ ਲਈ ਪਰ ਪਿਛਲੇ ਸੀਜ਼ਨ 18 ਗੋਲ ਕੀਤੇ ਸੀ ਐਤਕੀ ਮੈਨੂੰ ਲੱਗਦਾ ਘੱਟ ਤੋਂ ਘੱਟ ਦੁੱਗਣੇ ਉਸ ਤੋਂ ਕਰੂਗਾ ਰਣਦੀਪ ਕਿਆ ਬਾਤ ਓਕੇ ਵਧੀਆ ਐਂਸਰ ਪਰ ਮੈਂ ਵੀ ਕਹਿੰਦਾ ਇੱਕ ਨਾਂ ਦੇ ਦੇਵਾਂ ਤੈਨੂੰ ਹਾਂਜੀ ਲੋਗਨ ਸਟੈਂਕੋਵਨ ਜੋ ਕਿ ਡੈਲਸ ਸਟਾਰਸ ਲਈ ਖੇਡਦਾ ਨੌਜਵਾਨ ਉਹ ਵੀ ਬੜਾ ਤਕੜਾ ਇਸ ਸਾਲ ਹੋਣਾ ਚਲੋ ਗੱਲਬਾਤ ਕਰੀਏ ਸਟੈਨਲੀ ਕੱਪ ਫਾਈਨਲ 'ਤੇ ਸਿੱਧੇ ਪਹੁੰਚ ਜਾਈਏ ਕਿ ਇਸ ਸਾਲ ਸਟੈਨਲੀ ਕੱਪ ਫਾਈਨਲ 'ਚ ਕੇਨ ਹੋਣਾ ਐਡਮਿੰਟਨ ਓਇਲਰਸ ਅਤੇ ਨਿਊਯਾਰਕ ਰੇਂਜਰਸ ਮੇਰੇ ਹਿਸਾਬ ਦੇ ਨਾਲ ਤੇ ਜਿੱਤਣਾ ਹੈਗਾ ਓਇਲਰਸ ਨੇ ਹਾਂ ਮੇਰੇ ਦਰਦ ਬਹੁਤ ਹੁੰਦਾ ਇਹ ਕਹਿਣ ਤੋਂ ਬਾਅਦ ਪਰ ਐਡਮਿੰਟਨ ਓਇਲਰਸ ਮੈਨੂੰ ਲੱਗਦਾ ਐਤਕੀ ਜਿੱਤਣਗੇ ਪਿਛਲੇ ਸਾਲ ਇੰਨੇ ਨਜ਼ਦੀਕ ਆ ਗਏ 3-0 ਹਾਰ ਰਹੇ ਸੀ ਫਲੋਰਿਡਾ ਦੇ ਵਿਰੁੱਧ 7ਵੀਂ ਗੇਮ ਤੱਕ ਪਹੁੰਚ ਗਏ ਅਤੇ ਉਹ ਵੀ ਮਸਾਂ ਹੀ ਹਾਰੇ 2-1 ਦੇ ਸਕੋਰ ਦੇ ਨਾਲ ਸੋ ਕੋਨਰ ਡ੍ਰਾਈਸਾਈਡਲ ਹਾਈਮਨ ਰਾਇਨ ਨਿਊਜ਼ਰ ਹਾਪਕਿੰਸ ਅਤੇ ਬਾਕੀ ਸਾਰੇ ਖਿਲਾੜੀ ਤਿਆਰ ਹੈਗੇ ਨੇ ਕੱਪ ਜਿੱਤਣ ਲਈ ਐਤਕੀ ਮੈਨੂੰ ਲੱਗਦਾ ਜਿੱਤਣਗੇ ਤੂੰ ਵੀ ਸਾਡੇ ਸਪੋਰਟਸਨੈਟ ਦੀ ਜਿਹੜੀ ਟੀਮ ਹੈ ਤਕਰੀਬਨ ਸਾਰਿਆਂ ਨੇ ਐਡਮਿੰਟਨ ਨੂੰ ਪਿਕ ਕੀਤਾ ਹਾਂਜੀ ਮੈਂ ਹੋਰ ਕਿਤੇ ਗਿਆ ਪਹਿਲੀ ਗੇਮ ਤੋਂ ਬਾਅਦ ਮੈਂ ਅੱਛਾ ਸ਼ਿਫਟ ਹੋਣ ਲੱਗਾ ਨਹੀਂ ਹੈਗਾ ਚਲੋ ਆਖਰੀ ਸਵਾਲ ਇਹ ਆ ਕਿ ਹਾਂਜੀ ਸਾਡਾ ਜਿਹੜਾ ਦਾਰਾ ਸਿੰਘ ਅਵਾਰਡ ਪਹਿਲਵਾਨ ਲਈ ਇੱਥੇ ਹਾਕੀ ਨਾਈਨ ਕੈਨੇਡਾ ਪੰਜਾਬੀ 'ਤੇ ਹੁੰਦਾ ਪ੍ਰੋਡਿਕਸ਼ਨ ਦੱਸੋ ਇਸ ਸਾਲ ਕਿਵੇਂ ਜਿੱਤਣਾ ਦੇਖੋ ਜੀ ਮੈਂ ਕਹਿੰਦਾ ਐਤਕੀ ਇੱਕ ਨਵਾਂ ਚੈਂਪੀਅਨ ਹੋਗਾ ਆਰਬਰ ਜੈਕ ਆਏ 6'4" 240 ਪਾਉਂਡ ਦਾ ਵਜਨ ਸਿਰਫ 23 ਸਾਲਾਂ ਦਾ ਅਤੇ ਤਕੜੇ ਤਕੜੇ ਖਿਲਾੜੀਆਂ ਨਾਲ ਇੱਥੇ ਲੜਿਆ ਹੈਗਾ ਰਾਇਨ ਰੀਵਜ਼ ਨੂੰ ਛੱਡ ਦਿੱਤਾ ਅਤੇ ਪ੍ਰੀ ਸੀਜ਼ਨ ਵਿੱਚ ਵੀ ਫਾਈਟ ਹੋਈ ਸੋ ਨਿਕ ਡਲੋਰੀ ਇਹ ਮੈਨੂੰ ਪਤਾ 3 ਵਾਰੀ ਜਿੱਤਿਆ ਹੈਗਾ ਪਰ ਬਚ ਕੇ ਰਹੀ ਨਿਕ ਡਲੋਰੀ ਹੈ ਕਿਉਂਕਿ ਆਰਬਰ ਜੈਕ ਆਏ ਆ ਰਿਹਾ ਹੈਗਾ ਚਲੋ ਜੀ ਰੈਪਿਡ ਫਾਇਰ ਸਵਾਲ ਪੇਸ਼ ਕੀਤਾ ਜਾ ਰਿਹਾ ਓਲਡ ਸਪਾਈਸ ਵੱਲੋਂ ਤੁਹਾਨੂੰ ਫਰੈਸ਼ ਰੱਖਦਾ ਚੇਤਾ ਰੱਖਿਓ